ਸਾਡਾ ਇੱਕ ਜ਼ਿੰਦਾਬਾਦ 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 ਕਾਲੇ ਕਾਨੂੰਨ ਵਾਪਸ ਲਾਓ ਵਾਪਸ ਲਓ ਵਾਪਸ ਲਾਓ ਕਿਸਾਨ ਮਜ਼ਦੂਰ ਇੱਕਤਾ ਜ਼ਿੰਦਾਬਾਦ 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 ਕਾਲੇ ਕਾਨੂੰਨ ਵਾਪਸ ਲਾਓ ਵਾਪਸ ਲਓ ਵਾਪਸ ਲਓ ਕਾਲੇ ਕਾਨੂੰਨ ਵਾਪਸ ਲਾਓ ਵਾਪਸ ਲਓ ਵਾਪਸ ਲਓ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਮਜ਼ਦੂਰ ਇਕਤਾ ਜਿੰਦਾਬਾਦ 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 ਖਾਲੇ ਕਾਨੂੰਨ ਖੇਤੀਬਾੜੀ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜਾ ਕਿ ਦਿਨਬਰ ਦਿਨ ਜਿਹੜਾ ਸੰਘਰਸ਼ ਜਿਹੜਾ ਕਿ ਤੇਜ਼ ਹੁੰਦਾ ਜਾ ਰਿਹਾ ਹੈ ਕੇਂਦਰ ਸਰਕਾਰ ਦੇ ਅੜੀਲ ਰਵੱਈਏ ਦੇ ਖਿਲਾਫ ਜਿਹੜਾ ਕਿ ਦਿਨਬਰ ਦਿਨ ਜਿਹੜਾ ਸੰਘਰਸ਼ ਜਿਹੜਾ ਕਿ ਤੇਜ਼ ਹੁੰਦਾ ਦਿਖਦਾ ਪਿਆ ਇਸ ਤੇ ਚੱਲਦੇ ਹੀ ਜਿਹੜਾ ਜਿੱਥੇ ਸਮੂਹ ਕਿਸਾਨ ਜਿੱਥੇ ਬੰਦੀਆਂ ਵੱਲੋਂ ਡਿਸਟ੍ਰਿਕਟ ਹੈੱਡਕੁਆਰਟਰਾਂ ਤੇ ਧਰਨੇ ਰੋਸ਼ ਪ੍ਰਦਰਸ਼ਨ ਕੀਤੇ ਜਾਣੇ ਸੀ ਉੱਥੇ ਹੀ ਜਿਹੜਾ ਹੈ ਕਿ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਲੰਧਰ ਦੇ ਖੇਤੀਬਾੜੀ ਦਫ਼ਤਰ ਵਿਖੇ ਜਿਹੜਾ ਹੈ ਕਿ ਮੁੱਖ ਖੇਤੀਬਾੜੀ ਦਫ਼ਤਰ ਦੀ ਅਗਵਾਈ ਹੈਡ ਜਿਹੜਾ ਹੈ ਕਿ ਸਮੂਹ ਜਿਹੜੇ ਕਿ ਖੇਤੀਬਾੜੀ ਦਫ਼ਤਰ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਵੱਲੋਂ ਵੀ ਧਰਨਾ ਲਗਾਇਆ ਗਿਆ ਹੈ ਇਸ ਦੇ ਵਿੱਚ ਜਿਹੜਾ ਹੈ ਕਿ ਖੇਤੀਬਾੜੀ ਕਿਸਾਨ ਭਲਾਈ ਬਾਗਬਾਨੀ ਅਤੇ ਪੂਮੀ ਅਤੇ ਜਲ ਸੇਬਾਲ ਸੰਭਾਲ ਵਿਭਾਗ ਦੇ ਜਿਹੜੇ ਮੁਲਾਜ਼ਮ ਨੇ ਜਿਹੜੇ ਅਫਸਰਾਂ ਨੇ ਉਹ ਜਿਹੜੇ ਕਿ ਧਰਨਾ ਕਿਸਾਨਾਂ ਦੇ ਹੱਕ ਦੇ ਵਿੱਚ ਇਹਨਾਂ ਖੇਤੀਬਾੜੀ ਕਾਲੇ ਕਾਨੂੰਨਾਂ ਦੇ ਖਿਲਾਫ ਤੁਸੀਂ ਦੇਖ ਸਕ ਦੇ ਵਾਸਤੇ ਜਿਹੜੇ ਕਿ ਆਵਾਜ਼ بلند ਕਰ ਰਹੇ ਨੇ ਇੱਕ ਵਾਰ ਤੁਹਾਨੂੰ ਦਿਖਾਣਾ ਚਾਹੁੰਗਾ ਇਹ ਜਿਹੜੇ ਹੱਥੀ ਤਕਤੀਆਂ ਫੜੀਆਂ ਨੇ ਸਾਡਾ ਇੱਕਾ ਜਿੰਦਾਬਾਦ ਔਰ ਸਰ ਕੇਂਦਰ ਸਰਕਾਰ ਨੂੰ ਇਹ ਜਗਾ ਰਹੇ ਨੇ ਕੁਝ ਸਰਕਾਰੀ ਮੁਲਾਜ਼ਮ ਨੇ ਕੁਝ ਸਰਕਾਰੀ ਅਫਸਰ ਨੇ ਫੇਰ ਵੀ ਜਿਹੜਾ ਹੈ ਕਿ ਕੇਂਦਰ ਦੀ ਸਰਕਾਰ ਦੇ ਖਿਲਾਫ ਜਿਹੜਾ ਹੈ ਕਿ ਇਹਨਾਂ ਵੱਲੋਂ ਵੀ ਰੋਸ ਧਰਨਾ ਦਿੱਤਾ ਜਾ ਰਿਹਾ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਇਹਨਾਂ ਖੇਤੀਬਾੜੀ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਇਸੇ ਦੇ ਚੱਲਦੇ ਅਸੀਂ ਗੱਲ ਕਰਦੇ ਹਾਂ ਜਿਹੜੇ ਮੁੱਖ ਖੇਤੀਬਾੜੀ ਅਫਸਰ ਨੇ ਜਿਹੜੇ ਜਲੰਧਰ ਦੇ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਸਰ ਜਿਹੜਾ ਤੁਸੀਂ ਅੱਜ ਇਹ ਰੋਸ ਇੰ ਇਤਿਹਾਸ ਵੱਧ ਗਿਆ ਕਿ ਆ ਜਿਹੜੇ ਸਰਕਾਰੀ ਅਫਸਰ ਨੇ ਔਰ ਖਾਸ ਤੌਰ ਤੇ ਉਹ ਵੀ ਆ ਜਿਹੜੇ ਕਿ ਰੋਸ ਧਰਨੇ ਦੇ ਵਿੱਚ ਸ਼ਾਮਲ ਹੋ ਗਏ ਨੇ ਆਪਣੀ ਜਿਹੜੀ ਹੱਕ ਦੀ ਆਵਾਜ਼ ਆ ਜਿਹੜੀ ਰੋਸ ਧਰਨੇ ਤੱਕ ਕੇਂਦਰ ਦੀ ਸਰਕਾਰ ਤੱਕ ਪਹੁੰਚਾਉਣ ਨੂੰ ਮਜਬੂਰ ਹੋ ਗਏ ਨੇ ਦੇਖੋ ਜਿਹੜਾ ਸਾਡਾ ਖੇਤੀਬਾੜੀ ਵਿਭਾਗ ਦੇ ਸਾਡੇ ਸਮੂਹ ਜਿਹੜੇ ਡਿਪਾਰਟਮੈਂਟ ਨਾਲ ਅਲਾਈਡ ਸਾਡਾ ਕਿਸਾਨਾਂ ਦਾ ਤੇ ਖੇਤੀਬਾੜੀ ਵਿਭਾਗ ਦਾ ਬੜਾ ਪੁਰਾਣਾ ਰਿਸ਼ਤਾ ਹੈ ਕਿਉਂਕਿ ਸਾਡੀਆਂ ਜੋ ਵੀ ਸਕੀਮਾਂ ਹੁੰਦੀਆਂ ਹਨ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਤੱਕ ਪਹੁੰਚਾਉਣੇ ਆ ਔਰ ਜੇਕਰ ਸਾਡਾ ਕਿਸਾਨ ਹੀ ਇਹਨਾਂ ਮਤਲਬ ਸੰਤੁਸ਼ਟ ਨਹੀਂ ਹੋਏਗਾ ਤੇ ਸਾਡਾ ਵਿਭਾਗ ਵੀ ਜਿਹੜਾ ਉਹ ਤੇ ਕਿਉਂਕਿ ਇਫੈਕਟ ਕਰੇਗਾ ਸੋ ਇਸ ਕਰਕੇ ਜਿਹੜਾ ਕਿਸਾਨ ਦਾ ਖੇਤੀਬਾੜੀ ਵਿਭਾਗ ਦਾ ਸਾਡੇ ਟੈਕਨੋਕ੍ਰੇਟਸ ਜਿਹੜੇ ਨੇ ਜਿਹੜੇ ਇਹਦੇ ਵਿੱਚ ਅਫਸਰ ਅਸੋਸੀਏਸ਼ਨ ਵੀ ਹੈਗੀਆਂ ਨੇ ਪਲਾਨ ਡਾਕਟਰ ਯੂਨੀਅਨ ਵੀ ਹੈਗੀਆਂ ਨੇ ਸਾਰੀਆਂ ਅਸੋਸੀਏਸ਼ਨਾਂ ਸਾਡੀਆਂ ਇਕੱਠੀਆਂ ਇਕਨ ਐਗਰੀਕਲਚਰ ਟੈਕਨੋਕ੍ਰੇਟ ਐਕਸ਼ਨ ਕਮੇਟੀ ਪ러스 ਨਾਲ ਇਹ ਸਾਡਾ ਜੋ ਦੂਸਰੇ ਵਿਭਾਗ ਨੇ ਪਸ਼ੂ ਪਾਲਣੇ ਹਾਰਟੀਕਲਚਰ ਏ ਔਰ ਭੂਮੀ ਰੱਖਿਆ ਵਿਭਾਗ ਨੇ ਸਾਰੇ ਇਕੱਠੇ ਹੋ ਕੇ ਇਹ ਅਸੀਂ ਇੱਕ ਸੰਕੇਤਕ ਰੋਸ ਧਰਨਾ ਦੇ ਕੇ ਕਿਸਾਨਾਂ ਦੀ ਜਿਹੜੀ ਹੈ ਹਮਾਇਤ ਵਾਸਤੇ ਇੱਥੇ ਇਕੱਠੇ ਹੋਏ ਆ ਔਰ ਸਾਨੂੰ ਆਸ ਹੈ ਕਿ ਸਰਕਾਰ ਜਰੂਰ ਇਸ 바ਸੇ ਧਿਆਨ ਦੇਗੀ ਔਰ ਸੁਨੇਗੀ ਇਸੇ ਤਰ੍ਹਾਂ ਕੇਂਦਰ ਸਰਕਾਰ ਦਾ ਅਗੇ ਵੀ ਅਡਾਇਲ ਰਵੇ ਆ ਰਿਹਾ ਫਿਰ ਜਿਹੜੇ ਆਪਣੇ ਸਮੂਹ ਜਿਹੜੇ ਅ ਅਫਸਰਾਨ ਨੇ ਔਰ ਜਿਹੜੇ ਸਮੂਹ ਜਿਹੜੇ ਅ ਮੁਲਾਜ਼ਮ ਨੇ ਕਰਮਚਾਰੀ ਨੇ ਇਨਾਂ ਭਾਗਾਂ ਦੇ ਉਹਨਾਂ ਦਾ ਅਗਲਾ ਰੁਕੀ ਹੋਏਗਾ ਦੇਖੋ ਸਮੇਂ-ਸਮੇਂ ਤੇ ਅਸੀਂ ਕਿਸਾਨਾਂ ਦੀ ਇਹ ਜੂੜੀ ਵੀ ਸੰਕੇਤਕ ਹੜਤਾਲ ਕਰਕੇ ਅਸੀਂ ਉਹਨਾਂ ਦੀ ਹਮਾਇਤ ਜ਼ਰੂਰ ਕਰਦੇ ਰਹਾਂਗੇ ਕਿਉਂਕਿ ਜਦੋਂ ਸਾਡੇ ਵਿਭਾਗ ਵਿੱਚ ਵੀ ਅਸੀਂ ਜੋ ਅਸੀਂ ਟੈਕਨੀਕਲ ਐਕਸ਼ਨ ਕਮੇਟੀ ਵੱਲੋਂ ਜੋ ਅਸੀਂ ਲੜਾਈ ਲੰਬੀ ਲੜੀ ਸੀ ਸਾਡੇ ਕਿਸਾਨਾਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਸੀ ਔਰ ਇਸੇ ਤਰ੍ਹਾਂ ਹੀ ਕਿਸਾਨਾਂ ਦੀ ਵੀ ਕਾਹੇ ਬਗਾਹ ਜ਼ਰੂਰ ਕੋਈ ਮਦਦ ਕਰਦੇ ਰਹਾਂਗੇ ਸਾਡਾ ਕਿਉਂਕਿ ਖੇਤੀਬਾੜੀ ਭਾਗ ਵਿੱਚ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਕਿ ਕਿਉਂਕਿ ਗਰਾਸ ਰੂਟ ਲੈਵਲ ਤੇ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਹੈ ਔਰ ਅਸੀਂ ਸਮਝਦੇ ਆ ਵੀ ਜੇ ਕਿਸਾਨ ਜਿਹੜੇ ਇਸ ਕਾਨੂੰਨਾਂ ਤੋਂ ਸੰਤੁਸ਼ਟ ਨੇ ਉਹ ਨਹੀਂ ਸੰਤੁਸ਼ਟ ਹੈਗੇ ਤੇ ਇਸ ਕਰਕੇ ਨਹੀਂ ਲਾਗੂ ਕਰਨਾ ਚਾਹੀਦਾ। ਖੇਤੀਬਾੜੇ ਕਾਲੇ ਕਾਨੂੰਨਾਂ ਦੇ ਨਾਲ ਕੀ ਕੀ ਨੁਕਸਾਨ ਹੋਣ ਵਾਲੇ ਨੇ ਥੋੜਾ ਉਸ ਬਾਰੇ ਵੀ ਜਾਣਕਾਰੀ ਦਿਓ। ਕਿਸਾਨਾਂ ਦੇ ਮੁਤਾਬਕ ਉਹ ਸਮਝਦੇ ਨੇ ਵੀ ਜੇਕਰ ਇਹ ਕਾਨੂੰਨ ਪਾਸ ਕੀਤੇ ਨੇ ਇੱਕ ਤਾਂ ਮੰਡੀ ਸਿਸਟਮ ਖਤਮ ਹੋ ਜਾਏਗਾ। ਐਮਐਸਪੀ ਖਤਮ ਹੋ ਜਾਏਗੀ ਔਰ ਹੋਰ ਕਿਉਂਕਿ ਜਿਸ ਤਰ੍ਹਾਂ ਐਮਐਸਪੀ ਦੇ ਡਾਊਨ ਅੱਗੇ ਜਿਹੜੀ ਬਹੁਤ ਸਾਰੀਆਂ ਜੜੀਆਂ ਫਸਲਾਂ ਨੇ ਉਹ ਨਿਊਨਤਮ ਮੁੱਲ ਤੋਂ ਵੀ ਥੱਲੇ ਵਿਕਰੀ ਹੁੰਦੀ ਸੀ। ਔਰ ਉਹ ਸਮਝਦੇ ਨੇ ਵੀ ਜੇ ਇਹ ਕਾਨੂੰਨ ਲਾਗੂ ਹੋਣਗੇ ਔਰ ਜੇ ਹੋ ਸਕਦਾ ਵੀ ਸਾਡਾ ਜਿਹੜਾ ਜਿਹੜਾ ਪਹਿਲਾਂ ਹੀ ਸਾਡੀ ਅਸੀ ਮਤਲਬ ਕਰਜ਼ੇ ਦੇ ਮਾਰੇ ਸਾਡੇ ਦਬੇ ਹੋਏ ਆ ਹੋਰ ਸਾਡਾ ਜਿਹੜਾ ਇਹ ਹਾਲਾਤ ਜਿਹੜੀ ਉਹ ਮਾੜੇ ਹੋ ਜਾਣਗੇ ਸਾਡੀ ਪ੍ਰੋਡਿਊਸ ਹੈ ਜਿਹੜੀ ਸਾਡੀ ਉਹ ਵਿਕਰੀ ਮਤਲਬ ਜਿਸ ਤਰ੍ਹਾਂ ਕੋਈ ਅੱਗੇ ਨਿਊ ਤੋਂ ਮੁੱਲ ਤੋਂ ਥੱਲੇ ਜੀ ਵਿਕਰੀ ਵਿਕਰੀ ਹੁੰਦੀ ਹੈ ਇਸ ਤੋਂ ਇਲਾਵਾ ਹੋਰ ਸਾਡੀ ਜਿਹੜੀ ਪ੍ਰੋਡਿਊਸ ਹੈ ਉਹ ਮੰਡੀਆਂ ਚ ਚੋਲੇਗੀ ਇਸ ਦੇ ਨਾਲ ਹੀ ਸਾਡੇ ਨਾਲ ਜਿਹੜੇ ਹੈਗੇ ਨੇ ਨਰੇਸ਼ ਕੁਮਾਰ ਗੁਲਾਟੀ ਜੀ ਨੇ ਖੇਤੀਬਾੜੀ ਅਫਸਰ 2 ਜਲੰਧਰ ਨੇ ਇਸ ਨਾਲ ਵੀ ਗੱਲ ਕਰਦੇ ਆ ਸਰ ਤੁਸੀਂ ਖੇਤੀਬਾੜੀ ਮਾਹਰ ਵੀ ਹੋ ਤੁਸੀਂ ਖੇਤੀਬਾੜੀ ਦੇ ਲਈ ਤੁਸੀਂ ਆਪਣੇ ਸਮੇ ਸਮੇਂ ਤੇ ਲੋਕਾਂ ਨੂੰ ਜਾਗਰੂਕ ਵੀ ਕਰਦੇ ਰਹਿੰਦੇ ਹੋ ਤੁਹਾਨੂੰ ਹੁਣ ਕੀ ਲੱਗਦਾ ਕਿ ਇਹਨਾਂ ਖੇਤੀਬਾੜੀ ਕਾਲੇ ਕਾਨੂੰਨਾਂ ਦੇ ਖਿਲਾਫ ਇੰਨੀ ਜਿਹੜੇ ਸਰਕਾਰੀ ਜਿਹੜੇ ਕਰਮਚਾਰੀ ਹੋਏ ਇਸ ਕਦਰ ਤੱਕ ਜਿਹੜੇ ਕਿ ਮਜਬੂਰ ਹੋ ਗਏ ਨੇ ਕਿ ਉਹ ਵੀ ਆਪਣੇ ਦਫ਼ਤਰ ਦੇ ਬਾਹਰ ਹੀ ਤਾਂ ਨਲਗਾ ਕੇ ਬੈਠੇ ਨੇ ਤੁਹਾਨੂੰ ਕੀ ਲੱਗਦਾ ਕੀ ਕਾਰਨ ਔਰ ਜਿਹੜਾ ਅੜੀਅਲ ਰਵਈਆ ਕੇਂਦਰ ਸਰਕਾਰ ਦਾ ਦੇਖਣ ਨੂੰ ਮਿਲ ਰਿਹਾ ਉਸ ਤੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਕਿਸਾਨ ਜਿਹੜਾ ਉਹ ਸਾਡਾ ਸੂਬਾ ਔਰ ਸਾਡਾ ਦੇਸ਼ ਜਿਹੜਾ ਖੇਤੀ ਪ੍ਰਧਾਨ ਦੇਸ਼ ਹੈ ਔਰ ਸਾਡਾ ਸੂਬਾ ਤੇ ਖੇਤੀ ਨਾਲ ਸੰਬੰਧਤ ਹੈ ਹੀ ਹੈ ਤੇ ਦੇਖੋ ਜਦੋਂ ਕਿਸਾਨ ਨੂੰ ਇਹ ਸਮੱਸਿਆ ਆਉਂਦੀ ਹੈ ਤੇ ਪੂਰਾ ਸਾਡਾ ਸਮਾਜ ਜਿਹੜਾ ਹੈ ਕਿਸਾਨ ਨਾਲ ਤੁਰਨਾ ਚਾਹੀਦਾ ਕਿਉਂਕਿ ਜੇ ਕਿਸਾਨ ਖੁਸ਼ਹਾਲ ਹੈ ਤੇ ਪੂਰਾ ਚਾਹੇ ਜਿੰਨਾ ਵੀ ਸੈਕਟਰ ਹੈ ਚਾਹੇ ਉਹ ਖੇਤੀ ਸੈਕਟਰ ਹੈ ਚਾਹੇ ਸਾਡਾ ਬਿਜ਼ਨਸ ਸੈਕਟਰ ਹੈ ਚਾਹੇ ਮਜ਼ਦੂਰ ਵਰਗੇ ਸਾਰਿਆਂ ਦੀ ਖੁਸ਼ਹਾਲੀ ਕਿਸਾਨਾਂ ਦੀ ਖੁਸ਼ਹਾਲੀ ਚ ਲੁਕੀ ਹੋਈ ਹੈ ਤੇ ਅੱਜ ਜਿਹੜਾ ਸਾਡਾ ਕਿਸਾਨ ਦਿੱਲੀ ਬੈਠਾ ਹੈ ਤੇ ਰੋਸ ਤਰਨੇ ਦੇ ਰਿਹਾ ਹੈ ਔਰ ਲਗਾਤਾਰ ਪਿਛਲੇ 15-20 ਦਿਨ ਤੋਂ ਲਗਾਤਾਰ ਚਲਣ ਦੇ ਨੇ ਤੇ ਸਾਡਾ ਵੀ ਫਰਜ ਬੰਦਾ ਕਿ ਕਿਸਾਨਾਂ ਦੇ ਨਾਲ ਤੁਰੀ ਕਿਸਾਨਾਂ ਦੇ ਮੋਢਾ-ਮੋਢਾ ਲਾਈਏ ਔਰ ਸਾਡਾ ਮਹਿਕਮਾ ਤੇ ਸਿੱਧਾ ਖੇਤੀ ਨਾਲ ਜੁੜਿਆ ਹੈ ਖੇਤੀਬਾੜੀ ਬਾਗਬਾਨੀ ਤੇ ਪੂਮੀ ਰਖਾਇਬਾਗ ਸਾਰੇ ਆਪਾਂ ਇਕੱਠੇ ਆ ਔਰ ਸਾਡੇ ਕਨਵੀਨਰ ਨੇ ਡਾਕਟਰ ਸੁਨਦਰ ਸਿੰਘ ਸਾਡੇ ਜ਼ਿਲ੍ਹੇ ਦੇ ਮੁੱਖ ਖੇਤੀਬੜੀ ਅਫਸਰ ਨੇ ਉਹਨਾਂ ਦੀ ਰਹਿਨਮਾਈ ਚਾਹੀ ਤਾਂ ਨਾ ਦਿੱਤਾ ਜਾ ਰਿਹਾ ਸਾਡਾ ਮਕਸਦ ਇਹ ਹੋਈਏ ਕਿ ਜੋ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਔਰ ਬਿਲਕੁਲ ਵਾਜੂ ਮੰਗਾ ਨੇ ਅੱਜ ਕਿਸਾਨੀ ਨੂੰ ਜ਼ਰੂਰਤੇ ਘਟੋ ਘਟ ਸਮਰਥਨ ਮਿਲਦੀ ਅੱਜ ਕਿਸਾਨੀ ਨੂੰ ਜ਼ਰੂਰਤੇ ਚੰਗੇ ਭਾਵਾਂ ਦੀ ਕਿਸਾਨੀ ਨੂੰ ਜ਼ਰੂਰਤੇ ਉਹ ਉਹਦੀ ਉਹਦੀ ਕੁਆਲਟੀ ਉਪਰ ਚ ਪੈਦਾ ਕਰਨ ਵਾਸਤੇ ਕਿਸਾਨੀ ਨੂੰ ਹੋਰ ਪ੍ਰੋਸਾਹਨ ਦੇਣ ਦੀ ਜ਼ਰੂਰਤੇ ਤੇ ਅਜੇ ਕਾਨੂੰਨਾਂ ਦੇ ਖਿਲਾਫ ਤੇ ਕਿਸਾਨ ਉੱਭਰ ਕੇ ਸਾਹਮਣੇ ਆਇਆ ਹੈ ਤੇ ਸਾਡਾ ਸਾਰਾ ਵਿਭਾਗ ਔਰ ਪੂਰਾ ਸਾਡਾ ਯਾਰ ਮੁਲਾਜ਼ਮ ਵਰਗ ਦੇ ਖੇਤੀ ਬਾੜੀ ਬਾਗਬਾਨੀ ਦੇ ਉਹ ਮਿਰਖਾਇਓ ਭਾਗ ਸਾਰੇ ਇਸ ਕਿਸਾਨਾਂ ਦੇ ਨਾਲ ਆ ਔਰ ਅਸੀਂ ਇਹ ਤਹਈਆ ਕੀਤਾ ਹੈ ਕਿ ਕਿਸਾਨਾਂ ਨੂੰ ਅਸੀਂ ਮਨੋਂ ਧਨੋਂ ਧਨੋਂ ਕਿਸਾਨਾਂ ਦੇ ਨਾਲ ਆ ਤਾਂ ਕਿ ਕਿਸਾਨਾਂ ਦੀ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਸਾਰੀਆਂ ਪੂਰੀਆਂ ਹੋਣਗੀਆਂ ਔਰ ਅੱਜ ਅਸੀਂ ਇਹ ਧਰਨਾ ਇਸੇ ਕਰਕੇ ਦੇ ਰਹੇ ਆ ਕਿ ਸਾਡੇ ਪੂਰਾ ਕਿਸਾਨ ਨੂੰ ਸਪੋਰਟ ਹੈ ਕਿਸਾਨ ਜਿਹੜੇ ਦੇਖੋ ਅੱਜ ਖੇਤਾਂ ਦੇ ਵਿੱਚ ਕਿਸਾਨ ਦੀ ਜਿਹੜੀ ਕੰਨ ਬਿਜੀ ਏ ਕਿਸਾਨ ਨੂੰ ਖਾਦ ਵੀ ਚਾਹੀਦੀ ਏ ਕਿਸਾਨ ਨੇ ਨਦੀਨ ਅਸ਼ ਦਵਾਈਆਂ ਵੀ ਸੰਭਾਲੀ ਕਰਨਾ ਹੈ ਕਿਸਾਨ ਨੇ ਪਾਣੀ ਵੀ ਲਾਣਾ ਹੈ ਸੋ ਇਹ ਸਾਰਾ ਕੰਮ ਕਿਤੇ ਨ ਕਿਤੇ ਇਫੈਕਟ ਹੋ ਰਿਹਾ ਹੈ ਕਿਸਾਨ ਦਾ ਕੰਮ ਜਿਹ ਕਿਸਾਨ ਗੈਰ ਹਜ਼ਾਰੇ ਦਿੱਲੀ ਬੈਠਾ ਹੈ ਤੇ ਖੇਤੀ ਇਫੈਕਟ ਹੋ ਰਹੀ ਹੈ ਕਿਸਾਨ ਦੀ ਕਣਕ ਜਿਹੜੀ ਇਹ ਕੋਈ ਨਾ ਕੋਈ ਨੁਕਸਾਨ ਹੋ ਸਕਦਾ ਹੈ ਇਹ ਵੱਖਰੀ ਗੱਲ ਹੈ ਕਿ ਆਪਾਂ ਸਾਰੇ ਇਕੱਠੇ ਮਿਲ ਕੇ ਅਸੀਂ ਵੀ ਸਾਡੇ ਵੀ ਚੀਫ ਸਰ ਨੇ ਸਾਨੂੰ ਹਦਾਇਤਾਂ ਕੀਤੀਆਂ ਕਿ ਪਿੰਡਾਂ ਇੰਝ ਜਾ ਕੇ ਸੀ ਕਿਸਾਨਾਂ ਨਾਲ ਰਾਬਤਾ ਕਰੀਏ ਔਰ ਅਸੀਂ ਕਿਸਾਨ ਨੂੰ ਕਹਿ ਰਹੇ ਹਾਂ ਕਿ ਤੁਸੀਂ ਆਪਣੀ ਖੇਤੀ ਦਾ ਧਿਆਨ ਰੱਖੋ ਆਪਣੀ ਕਣਕ ਦਾ ਧਿਆਨ ਰੱਖੋ ਜਿਹੜੇ ਜਿਹੜੇ ਗਏ ਨੇ ਦਿੱਲੀ ਉਹਨਾਂ ਦੀ ਗੈਰਹਾਜ਼ਰ ਜਿਹੜੇ ਕਿਸਾਨ ਬੈਠੇ ਨੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਅਸੀਂ ਜਾਗਰੂਕ ਕਰ ਰਹੇ ਹਾਂ ਤਾਂ ਕਿ ਸਾਰੀ ਜਿਹੜੀ ਖੇਤੀ ਹੈ ਉਹ ਸਹੀ ਚੱਲੇ ਇਹ ਸਾਰਾ ਕੰਮ ਜਖਾ ਕਰਨ ਵਾਸਤੇ ਸਾਡਾ ਮਹਿਕਮਾ ਪੂਰੀ ਤਰ੍ਹਾਂ ਤਿਆਰ ਹੈ ਤੁਸੀਂ ਇਹ ਤਾਂ ਦੇਖਿਆ ਕਿ ਤੁਸੀਂ ਤਾਂ ਤੁਹਾਨੂੰ ਦਿਖਾਇਆ ਕਿ ਜਿਹੜਾ ਕਿ ਹੁਣ ਜਿਹੜੇ ਕਿ ਸਰਕਾਰੀ ਜਿਹੜੇ ਮੁਲਾਜ਼ਮ ਨੇ ਖੇਤੀਬਾੜੀ ਵਿਭਾਗ ਦੇ ਅਫਸਰ ਨੇ ਉਹ ਵੀ ਇਸ ਕਦਰ ਮਜਬੂਰ ਹੋ ਗਏ ਨੇ ਨਾ ਖੇਤੀਬਾੜੀ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਆ ਗਏ ਨੇ ਕਿ ਅੱਜ ਜਿਹੜਾ ਕਿ ਉਹ ਵੀ ਮੰਗ ਇਹ ਕਰ ਰਹੇ ਨੇ ਜਿਹੜੀ ਖੇਤਾਂ ਜਿਹੜੀ ਖੇਤੀਬਾੜੀ ਦੇ ਜਿਹੜੇ ਕਾਲੇ ਕਾਨੂੰਨ ਨੇ ਉਸਨਾਂ ਨੂੰ ਰੱਦ ਕਰਕੇ ਜਿਹੜਾ ਕਿ ਉਹ ਜਿਹੜੀ ਜਾਇਜ਼ ਮੰਗਾ ਨੇ ਉਹ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਮੰ ਲੈਣੀ ਚਾਹੀਦੀ ਯਾਨੀ ਨਹੀਂ ਤਾਂ ਇਸੇ ਤਰ੍ਹਾਂ ਹੀ ਜਿਹੜਾ ਹੈ ਕਿ ਇਹ ਸੰਘਰਸ਼ ਦਿਨ-ਬਦ ਦਿਨ ਹੋਰ ਤਿੱਖਾ ਹੁੰਦਾ ਜਾਏਗਾ ਤੇ ਇਹ ਜਿਹੜੇ ਖੇਤੀਬਾੜੀ ਜਿਹੜੇ ਮੁਲਾਜ਼ਮ ਨੇ ਖੇਤੀਬਾੜੀ ਜਿਹੜੇ ਅਫਸਰ ਨੇ ਔਰ ਇਹਨਾਂ ਨਾਲ ਜਿਹੜੇ ਹੋਰ ਵਿਭਾਗ ਨੇ ਉਹ ਵੀ ਇਸ ਸੰਘਰਸ਼ ਤੇ ਵਿੱਚ ਹੋਰ ਅੱਗੇ ਸ਼ਾਮਲ ਹੋਣਗੇ ਇਹਨਾਂ ਦੇ ਵਿੱਚ ਜਿਹੜਾ ਕਿ ਰੋਸ਼ ਧਰਨਾ ਇਸੇ ਤਰ੍ਹਾਂ ਹੀ ਜਿਹੜਾ ਇਹਨਾਂ ਵਿਭਾਗਾਂ ਦਾ ਜਿਹੜਾ ਕਿ ਵਧਦਾ ਹੀ ਜਾਏਗਾ ਚਿਰਾਗ ਸ਼ਰਮਾ ਅਜੀਤ ਵੈਬ ਟੀਵੀ ਜਲੰਧਰ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ अजीत ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ अजीत ਦਾ ਅਫੀਸ਼ੀਅਲ ਪੇਜ ਡੇਲੀ अजीत ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ अजीत ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ अजीत ਦਾ ਅਫੀਸ਼ੀਅਲ YouTube ਚੈਨਲ अजीत ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ